میرے ساہا، میں ہر درشن سکھ ہوئے۔ سیوک
ਕਾਂਡਿਐ ਜੇ ਸੇਤੀ ਖਸਮ ਸਮਾਏ। ਕੌੜੀ ਨਾਨਕ ਅੰਤ ਨਜ ਆਪਣੇ ਹੱਥਾਂ ਕੇ ਪਾਰਾ ਵਾਰ ਆਪ ਕਰਾਏ ਸਾਖੀ ਪ੍ਰਾਪਤ ਕਰਾਏ ਮਾਰ ਇੱਕ ਨਾ ਅਗਲੀ ਜੰਜੀਰੀਆਂ ਇੱਕ ਤੁਰ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਲੋਕ ਸੁਖਰੀ ਪਕਾਰ ਨਾਨਕ ਕਰੁਣਾ ਜਿਨ ਕੀ ਆ ਫਿਰਤ ਸਹੀ ਕਰਨੀ ਸਾਰ ਬਿਰਤ ਸਹੀ ਕਰਨੀ ਸਾਰ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਰਾਮ ਰਾਜ ਹਰ ਨਾਮ ਸਦੁਸ਼ਟ ਹਰ ਮਾਰਿਆ ਸਹਿਲਾਜ ਚਲਾਇਆ ਸੰਕਾਰੀਆਂ ਨਿੰਦ ਕਾਂ ਪਿੱਠ ਤੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਆਪੇ ਪਾਂਡੇ ਸਾਜ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈਏ ਕਿਲਰਨ ਚੜ੍ਹੇ ਇੱਕ ਨਿਹਾਲੀ ਪੈ ਸਵਨੇ ਕੁਪਰਨ ਖੜੇ ਤਿਨਾ ਸਵਰ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜ ਕਰੇ ਆਪ ਜਾਏ ਰੱਖਿਆ ਤਿਸ ਵੀ ਜੰਤ ਪਾਏ ਕੈ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਵੱਡੇ ਵੱਡੇ ਕੇ ਵੜਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੁਖ ਦਾ ਕਦਰ ਕਰੀ ਦੇ ਜੀਆ ਜਿਸ ਕੁਛ ਸਮਾਏ ਸਾਈ ਕਰ ਮਾਉਣੀ ਦੁਰ ਛੋੜਦੀ ਤਿਨੈ ਪਾਏ ਨਾਨਕ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਸਹਿਲ ਜਾਏ ਰਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੋਢੇ ਵੱਡੇ ਘਿਉਂਡੇ ਵਿੱਚ ਕਹਿਣਾ ਕਹਿਣ ਜਾਏ ਸੋ ਕਰਤਾ ਕਾਦਰ ਕਰਿੰਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਣੀ ਤਰ ਛੋਡੇ ਤਿੰਨੈ ਪਾਏ ਨਾਨਕ ਇੱਕੀ ਵਾਰੀ ਹੋਰ ਦੂਜੇ ਨਾਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾਏ ਏਕ ਸਕੇ ਹਮ ਭਾਰਤ ਏਕ ਪਿਤਾ ਏਕ ਸਕੇ ਹਮ ਭਾਰਤ ਏਕ ਪਿਤਾ ਏਕ ਸਕੇ ਹਮ ਭਾਰਤ ਏਕ ਪਿਤਾ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਏਕ ਸਕੇ ਹਮ ਸਕੇ ਹਮ ਭਾਰਤ ਏਕ ਪਿਤਾ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਸੁਣ ਦਰਸ਼ਨ ਦੇਉ ਦਿਖਾਈ ਏਕ ਸਕੇ ਹਮ ਭਾਰਤ ਏਕ ਪਿਤਾ ਏਕ ਸਕੇ ਹਮ ਭਾਰਤ ਏਕ ਪਿਤਾ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਸਕੇ ਹਮ ਭਾਰਤ ਏਕ ਪਿਤਾ ਏਕ ਸਕੇ ਹਮ ਭਾਰਤ।
I'm not
ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਵੇਖਿਆ ਹੋਵੇਗਾ ਯੂਟਿਊਬ ਤੇ ਭਾਈ ਸਾਹਿਬ ਜੀ ਨੇ ਇੰਨੀ ਮਿਹਨਤ ਕਰਕੇ ਤੁਹਾਡੇ ਲਖਨਊ ਦੇ ਜਾਂ ਆਸ ਪਾਸ ਦੇ ਸ਼ਹਿਰਾਂ ਦੇ ਜਿੰਨੇ ਵੀ ਲਾਈਵ ਪ੍ਰੋਗਰਾਮ ਹੁੰਦੇ ਨੇ ਕੀਰਤਨ ਦਰਬਾਰਾਂ ਦੇ, ਉਹਨਾਂ ਸਾਰਿਆਂ ਪ੍ਰੋਗਰਾਮਾਂ ਨੂੰ ਰਿਕਾਰਡਿੰਗ ਕਰਕੇ ਆਪ ਯੂਟਿਊਬ ਤੇ ਅਪਲੋਡ ਕਰਦੇ ਨੇ। ਇਹ ਉਹਨਾਂ ਦੀ ਅਣਥੱਕ ਸੇਵਾ ਹੈ ਔਰ ਇਸ ਸੇਵਾ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ। ਮਾਲਕ ਕਿਰਪਾ ਕਰੇ ਇਹਨਾਂ ਨੂੰ ਹੋਰ ਵਧੇਰੇ ਸੇਵਾ ਕਰਨ ਦਾ ਬਲ, ਉਦਮ, ਤਾਕਤ ਬਖਸ਼ਿਸ਼ ਕਰਨ।